नमस्कार, आप देख रहे हैं प्राइम न्यूज 24। मैं हूं आपके साथ श्वेता सिंह। कुछ लोग सोशल मीडिया के जरिए बिना वजह ही झूठी शोहरत हासिल करने के लिए धर्मों के नाम पर या फिर किसी को निशाना बनाते हुए कुछ मसलों को उठा लेते हैं और फिर सोचते हैं कि कोई बड़ा तीर मार लिया। लेकिन जब ऐसे लोग जनता के हाथों लगते हैं तो फिर जनता उनका जो हाल करती है उसकी तस्वीरें भी सामने आती रहती है। ऐसी ही एक वीडियो सामने आई है बटाला के सिविल पुलिस थाना की। यहाँ सिख यूथ पावर ऑफ पंजाब नामक सिख जत्थेबंदी के अगुओं की तरफ से बटाला के नज़दीकी गांव तलवंडी के रहने वाले अर्जुन शर्मा नामक एक नौजवान के खिलाफ शिकायत दर्ज करवाई गई है। नौजवान पर ये आरोप थे कि उसने शिवसेना का नाम लेकर सोशल मीडिया के जरिए झूठी शोहरत पाने के लिए सिख गुरु साहिबान और गुरुद्वारा श्री दरबार साहब जी को लेकर कई तरह की गलत टिप्पणियाँ की थी, वहीं जिससे माहौल ख़राब हो सकता है। इस शिकायत पर कार्यवाही करते हुए पुलिस ने नौजवान अर्जुन शर्मा को गिरफ्तार किया और जब उसको सिविल थाना लाया गया तो मौके पर मौजूद सिख नौजवानों के द्वारा उक्त नौजवान की अच्छी तरह से सर्विस की गई और उसके बाद उससे माफ़ी भी मंगवाई गई, जिसके बाद पुलिस ने अपनी हिरासत में उसे लेते हुए आगे की कानूनी कार्यवाही शुरू कर दी। प्राइम न्यूज 24 के लिए जतिंदर कुंडल की रिपोर्ट। शर्मा नाम का एक बंदा सीगा दुष्ट प्राणी, जिहदे वल्लों सोशल मीडिया के उपर बहुत ही मंदी ते भाषा वरती गई, अपशब्द वरते गए सचखंड श्री दरबार साहब बारे, पवित्र सरोवरों बारे, गुरु साहिबाना के बारे। साडे सिंह सेवादार ने भाई दलजीत सिंह जी कश्मीर, जो कि दिन रात पंथ विच सेवा करते हैं, तत्पर ने नौजवान अपनी किरत दे नाल नाल, इन्हां नूं जदों उह पता लगा इन्होंने साडे नाल संपर्क किया ते असीं इन्हां नूं बेनती की कि प्रशासन नूं जिहड़ी आ ਉਹ ਇੱਕ ਲਿਖਤੀ ਆਪ ਜੀ ਕੰਪਲੇਂਟ ਕਰੋ। ਇਹਨਾਂ ਵੱਲੋਂ ਕੰਪਲੇਂਟ ਕੀਤੀ ਗਈ ਸੀਗੀ, ਇਹ ਬੰਦਾ ਟਰੇਸ ਕਰਦਿਆਂ ਕਰਦਿਆਂ ਪੁਲਿਸ ਨੇ ਟਰੇਸ ਕਰ ਲਿਆ। ਟਰੇਸ ਕਰਨ ਤੋਂ ਬਾਅਦ ਪ੍ਰਸ਼ਾਸਨ ਦੇ ਵੱਲੋਂ ਇਹਨੂੰ ਇੱਥੇ ਲਿਆਂਦਾ ਗਿਆ ਸੀ ਚੱਕ ਕੇ, ਅਤੇ ਸਾਨੂੰ ਇਨਫੋਰਮ ਕੀਤਾ ਗਿਆ ਸੀ ਦਲਜੀਤ ਸਿੰਘ ਕਸ਼ਮੀਰ ਨੂੰ, ਇਹਨੇ ਸਾਨੂੰ ਦੱਸਿਆ। ਅੱਜ ਅਸੀਂ ਇੱਥੇ ਪਹੁੰਚੇ ਹਾਂ ਸਾਰੇ। ਪਹੁੰਚਣ ਤੋਂ ਬਾਅਦ ਉਹ ਸਾਰੀ ਵੈਰੀਫਾਈ ਜਿਹੜੀ ਪ੍ਰਸ਼ਾਸਨ ਕਰ ਰਿਹਾ ਵਾ ਕਿ ਉਸ ਬੰਦੇ ਦੇ ਪਿੱਛੇ ਕੌਣ ਆ, ਕਿਉਂਕਿ ਸਾਨੂੰ ਸ਼ੱਕ ਪੈਂਦਾ ਵਾ ਕਿ ਉਹ ਜੋ ਕਿ ਦਲਜੀਤ ਸਿੰਘ ਕਸ਼ਮੀਰ ਨਾਲ ਉਹਦਾ ਵਰਤਲਾਪ ਵੀ ਹੋਇਆ ਸੀ ਕੁਛ ਦਿਨ ਪਹਿਲਾਂ, ਜਦੋਂ ਇਹਨੇ ਉਹ ਕਰਤੂਤ ਕੀਤੀ ਸੀ ਫੋਨ ਦੇ ਵਗੈਰਾ ਕਿ ਉਹ ਸੁਧੀਰ ਸੂਰੀ ਜਿਹੜਾ ਵਾ ਸ਼ਿਵ ਸੈਨਾ ਵਾਲਾ, ਇਹਨੇ ਕਿਹਾ ਸੀ ਕਿ ਮੈਂ ਉਹਨਾਂ ਦੇ ਨਾਲ ਹੁੰਦਾ ਵਾਂ, ਜਦਕਿ ਹੁਣ ਇਹ ਮੁੱਕਰ ਰਿਹਾ ਵਾ, ਕਹਿੰਦਾ ਵਾ ਕਿ ਮੇਰਾ ਸ਼ਿਵ ਸੈਨਾ ਨਾਲ ਕੋਈ ਸੰਬੰਧ ਨਹੀਂ, ਕਿਉਂਕਿ ਤੁਹਾਨੂੰ ਛਿੱਤਰਾਂ ਦੇ ਅੱਗੇ ਭੂਤ ਨੱਚਦੇ ਹੁੰਦੇ ਨੇ, ਹੁਣ ਡਰਦਾ ਮੁੱਕਰ ਰਿਹਾ। ਪਰ ਜਿਹੜੀ ਸੱਚ ਆ ਵੀ ਉਹਦੇ ਪਿੱਛੇ ਸੁਧੀਰ ਸੂਰੀ ਜਿਹੜਾ ਸ਼ਿਵ ਸੈਨਾ, ਤੁਸੀਂ ਜਾਣਦੇ ਹੋ, ਜਿਹੜਾ ਬਹੁਤ ਜ਼ਿਆਦਾ ਅਪਸ਼ਬਦ ਬਕਵਾਸ ਸਮੇਂ ਸਮੇਂ 'ਤੇ ਸਿੱਖ ਸ਼ਹੀਦਾਂ ਗੁਰੂ ਸਥਾਨਾਂ ਕੌਮ ਦੇ ਖਿਲਾਫ, ਹੁਣ ਜਿਵੇਂ ਕਿਸਾਨਾਂ ਦੇ ਖਿਲਾਫ ਵੀ ਉਹਨੇ ਬੜੀ ਗੰਦੀ ਅਤੇ ਮੰਦੀ ਭਾਸ਼ਾ ਦਾ ਪ੍ਰਯੋਗ ਕੀਤਾ। ਉਹੋ ਜਿਹੇ ਲੋਕ ਜਿਹੜੇ ਨੇ ਕੋਈ ਸ਼ਰਾਰਤਾਂ ਜਿਹੀਆਂ ਕਰਾਉਂਦੇ ਨੇ। ਵੇਖੋ, ਸਤਿਕਾਰਯੋਗ ਦੇਵੀ ਦੇਵਤੇ ਨੇ ਸਾਰੇ ਹੀ, ਕਦੀ ਵੀ ਕੋਈ ਸੱਚਾ ਸਿੱਖ ਕਿਸੇ ਦੇਵੀ ਦੇਵਤੇ ਦੇ ਖਿਲਾਫ ਅਪਸ਼ਬਦ ਨਹੀਂ ਬੋਲਦਾ। ਹਾਂ, ਕਿਸੇ ਕੋਲ ਜੇ ਕੋਈ ਅਗਰੈਸ਼ਨ ਦੇ ਵਿੱਚ ਜਾਂ ਬਾਏ ਮਿਸਟੇਕ ਸ਼ਬਦ ਨਿਕਲ ਜਾਂਦਾ ਤਾਂ ਉਹ ਮਾਫੀਯੋਗ ਹੁੰਦਾ, ਪਰ ਜਾਣ ਬੁੱਝ ਕੇ ਕੀਤੀਆਂ ਜਾਂਦੀਆਂ ਜਿਹੜੀਆਂ ਹੋਈਆਂ ਕੁਝ ਜੀਆਂ ਕਾਰਵਾਈਆਂ ਜਿਹੜੀਆਂ ਇੱਕ ਤਾਂ ਹਿੰਦੂ ਸਿੱਖ ਏਕਤਾ 'ਚ ਪਾੜਾ ਪਾਉਣ, ਕਿਉਂਕਿ ਵੇਖੋ ਪਿੰਡਾਂ ਸਥਾਨਾਂ ਸ਼ਹਿਰਾਂ ਦੇ ਵਿੱਚ ਸਾਰੇ ਪਰਿਵਾਰ ਰਲ ਮਿਲ ਕੇ ਰਹਿੰਦੇ ਨੇ। ਜਿਹੜਾ ਸੱਚਾ ਧਰਮੀ ਬੰਦਾ ਹੁੰਦਾ ਕਿਸੇ ਧਰਮ ਦੇ ਖਿਲਾਫ ਨਹੀਂ ਬੋਲਦਾ, ਪਰ ਹੁਣ ਇਹ ਬੰਦਾ ਜੋ ਕੁਛ ਬੋਲਿਆ ਮੈਂ ਉਹ ਸ਼ਬਦ ਤੁਹਾਨੂੰ ਇੱਥੇ ਬੋਲ ਨਹੀਂ ਸਕਦਾ, ਉਹ ਤੁਹਾਨੂੰ ਦੇ ਦਿਆਂਗੇ ਸਕਰੀਨਸ਼ੋਟ ਜਿਹੜੇ ਮੰਦੇ ਸ਼ਬਦ ਉਹਨੇ ਇੰਨੇ ਬੋਲੇ ਨੇ। ਅਤੇ ਉਹ ਇੱਕ ਮੰਦੇ ਸ਼ਬਦ ਬੰਦਾ ਕੋਈ ਜਾਣ ਬੁੱਝ ਕੇ ਨਹੀਂ ਬੋਲਦਾ, ਉਹ ਬੁਲਵਾਏ ਗਏ ਨੇ, ਇਹ 'ਚ ਕੋਈ ਸ਼ੱਕ ਨਹੀਂ ਕਿ ਹੁਣ ਉਹ ਮੁੱਕਰ ਰਿਹਾ 100%, ਪਰ ਸ਼ਿਵ ਸੈਨਾ ਵਾਲਾ ਸੁਧੀਰ ਸੂਰੀ ਜਾਂ ਉਹਦੇ ਵਰਗੇ ਹੋਰ ਜਿਹੜੇ ਸ਼ਰਾਰਤੀ ਲੋਕ ਨੇ, ਉਹਨਾਂ ਲੋਕਾਂ ਦੁਆਰਾ ਇਸ ਤਰ੍ਹਾਂ ਦੀਆਂ ਜਿਹੜੀਆਂ ਇਹ ਘਟਨਾਵਾਂ ਨੂੰ ਅੰਜਾਮ ਦਿੱਤਾ ਜਾਂਦਾ ਤਾਂ ਕਿ ਜਿਹੜਾ ਪਾੜਾ ਵਧੇ। ਅਤੇ ਕਿਉਂਕਿ ਇਹੋ ਜਿਹਾ ਨੂੰ ਕੀ ਹੈ, ਜਦੋਂ ਇਹੋ ਜਿਹੇ ਨੇ ਬੋਲਣਾ, ਜੇ ਕਿਸੇ ਸਿੱਖ ਨੌਜਵਾਨ ਨੇ ਗੁੱਸੇ 'ਚ ਆ ਕੇ ਇਹੋ ਜਿਹੇ ਨੂੰ ਸੋਧਤਾ ਅਤੇ ਬਾਅਦ 'ਚ ਉਹ ਨੌਜਵਾਨ ਜੇਲ੍ਹਾਂ 'ਚ ਰੁਲ ਜਾਣਾ, ਹੈ ਨਾ, ਪਰਿਵਾਰ ਦਾ ਰੁਲ ਜਾਣਾ, ਇਹੋ ਜਿਹੇ ਨੇ ਚੜ੍ਹ ਜਾਣਾ ਵਾ ਗੱਡੀ, ਅਤੇ ਇਹਨਾਂ ਲੋਕਾਂ ਨੂੰ ਬੈਨੀਫਿਟ ਕੀ ਮਿਲ ਜਾਣਾ, ਇਹਨਾਂ ਨੇ ਮੁੜ ਕੇ ਕਹਿਣਾ ਸਾਡਾ ਸ਼ਹੀਦ ਕਰਤਾ, ਜੋ ਇਹ ਕਰਦੇ ਨੇ ਜਿਸ ਤਰ੍ਹਾਂ ਦੀਆਂ ਚਾਲਾਂ ਚੱਲਦੇ ਨੇ। ਸੋ ਸਕਿਉਰਟੀਆਂ ਲੈਣ ਦੇ ਮਾਰੇ ਬਾਅਦ ਦੇ ਵਿੱਚ ਉਹ ਲੋਕ ਨੇ ਇਹੋ ਜਿਹੀਆਂ ਚਾਲਾਂ ਕਰਦੇ ਨੇ, ਪਰ ਅਸੀਂ ਇੱਕ ਸਿੱਖ ਹੋਣ ਦੇ ਨਾਤੇ, ਸੇਵਾਦਾਰ ਹੋਣ ਦੇ ਨਾਤੇ ਕਦੀ ਬਰਦਾਸ਼ਤ ਨਹੀਂ ਕਰਾਂਗੇ। ਜਿਹੜੀ ਕਾਰਵਾਈ ਸਾਡੇ ਵੱਲੋਂ ਬਣਦੀ ਅਸੀਂ ਜ਼ਰੂਰ ਕਰਾਂਗੇ, ਉਹ ਅਸੀਂ ਕਰਦੇ ਵੀ ਹਾਂ, ਤੁਸੀਂ ਦੇਖਦੇ ਹੀ ਹੋ, ਅਤੇ ਕਾਨੂੰਨੀ ਵੀ ਅਸੀਂ ਜਿਹੜੀ ਆ ਉਹ ਕੋਸ਼ਿਸ਼ ਕਰਦੇ ਹੁੰਦੇ ਹਾਂ ਪਹਿਲਾਂ ਕਿ ਪ੍ਰਸ਼ਾਸਨ ਨੂੰ ਜਿਹੜਾ ਅਸੀਂ ਕਰਕੇ ਅਤੇ ਕਾਨੂੰਨੀ ਕਾਰਵਾਈ ਜ਼ਰੂਰ ਕਰਾਈਏ। ਖਾਲਸਾ ਜੀ, ਕੀ ਕੋਈ ਘਾਟ ਨਹੀਂ ਜੀ, ਕਾਨੂੰਨ ਨੂੰ ਵੀ ਜੇ ਅਸੀਂ ਕਹਿੰਦੇ ਹਾਂ ਤਾਂ ਕਾਨੂੰਨ ਕੰਮ ਬਿਲਕੁਲ ਕਰਦਾ ਵਾ, ਪਰ ਕਾਨੂੰਨ ਦੇ ਕੋਲ ਆਵਾਂਗੇ ਤਾਂ ਕਰੂਗਾ ਨਾ। ਘਾਟ ਇੱਥੇ ਵੀ ਅਸੀਂ ਸਾਡੇ 'ਚ ਇੱਕ ਨਾ ਪ੍ਰਚਲਨ ਆ ਵੀ ਅਸੀਂ ਲੈਟਗੋ ਕਰ ਦਿੰਦੇ ਹਾਂ, ਹੈ ਨਾ, ਇਸ ਕਰਕੇ ਸ਼ਾਇਦ ਕਿਤੇ ਨਾ ਕਿਤੇ ਸਾਡੀ ਇੱਕ ਕਮੀ ਆ, ਸਾਨੂੰ ਇਹ ਕਮੀ ਦੂਰ ਕਰਨੀ ਪੈਣੀ ਹੈ।